ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੇਵ ਸਿੱਧੂ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਰਾਬਤਾ। ਸਾਡੇ ਨਾਲ ਅੱਜ ਜੁੜੇ ਨੇ ਗੈਰੀ ਜੈਲਦਾਰ ਤੇ ਮਿਲਨ ਸਿੰਘ ਜੀ। ਤੁਹਾਡਾ ਦੋਹਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। थैंक यू भाई, थैंक यू सो मच फॉर हैविंग अस हियर। थैंक यू सो मच। अच्छा दोस्तों, ਅੱਜ ਇਹ ਤੁਸੀਂ ਦੇਖ ਰਹੇ ਹੋ ਕਿ ਸੰਡੇ ਵਾਲੇ ਦਿਨ ਅਸੀਂ ਇਸ ਮਹਿਫਿਲ ਇਕੱਠੀ ਕੀਤੀ ਹੈ, ਜਿਹਨੂੰ ਆਨਲਾਈਨ ਮਹਿਫਿਲ ਦਾ ਨਾਮ ਅੱਜ ਕੱਲ੍ਹ ਦਿੱਤਾ ਜਾਂਦਾ। ਉਹਦਾ ਕਾਰਨ ਹੈ ਕਿ ਇੱਥੇ ਆਸਟ੍ਰੇਲੀਆ ਬੜੇ ਸਾਲਾਂ ਤੋਂ ਇੱਕ ਮੁਲਕ ਐਸਾ ਹੈਗਾ ਕਿ ਜਿਹਦੇ ਵਿੱਚ ਚੀਜ਼ਾਂ ਆਉਂਦੀਆਂ ਨੇ ਲੇਕਿਨ ਸਭ ਤੋਂ ਜ਼ਿਆਦਾ ਸਲੋ ਚੱਲਦੀਆਂ ਨੇ, ਪਰ ਸਲੋ ਸਟੈਡੀ ਇੱਕ ਪ੍ਰੋਫੈਸ਼ਨਲ ਕਿਹਾ ਜਾਂਦਾ ਕਿ ਸਲੋ ਸਟੈਡੀ ਆਉਣ ਵਾਲੀ ਚੀਜ਼ ਆਉਣ ਚੱਲਣ ਵਾਲਾ ਬੰਦਾ ਹਮੇਸ਼ਾ ਪ੍ਰੋਫੈਕਸ਼ਨਿਸਟ ਹੋ ਕੇ ਆਉਂਦਾ। ਸੋ ਇਸ ਕਰਕੇ ਆਸਟ੍ਰੇਲੀਆ ਦਾ ਲੋਹਾ ਮੰਨਦੀ ਹੈ ਦੁਨੀਆ। ਅੱਜ ਜੇ ਵੈਕਸੀਨੇਸ਼ਨ ਵੀ ਲਗਵਾਈ ਹੈ ਤਾਂ ਸਾਰਿਆਂ ਨੇ ਸਭ ਤੋਂ ਵੱਧ ਪਰਸੈਂਟੇਜ ਆਸਟ੍ਰੇਲੀਆ ਨੇ ਲਗਵਾਈ ਹੈ। ਸੋ ਨੰਬਰ 1 ਕੰਟਰੀਜ਼ ਦੇ ਵਿੱਚ ਆਉਂਦਾ ਤੇ ਇੱਥੇ ਲੋਕਲ ਟੈਲੈਂਟ, ਇੱਥੇ ਪੰਜਾਬੀ ਇੰਡਸਟਰੀ ਨੂੰ ਕਹੀਏ, ਚਾਹੇ ਆਪਾਂ 뮤직 ਇੰਡਸਟਰੀ ਹੋਵੇ ਚਾਹੇ ਫਿਲਮ ਇੰਡਸਟਰੀ ਹੋਵੇ, ਇੱਥੇ ਬਹੁਤ ਫਾਸਟ ਔਰ ਸੁਪੀਰੀਅਰ ਤਰੀਕੇ ਦੇ ਨਾਲ ਗਰੋ ਕਰ ਰਹੀ ਹੈ। ਔਰ ਇਸ ਕਰਕੇ ਇਸ ਬਹੁਤ ਦਸੰਬਰ ਦੇ ਵਿੱਚ ਤੁਹਾਨੂੰ ਖੂਬਸੂਰਤ ਹੌਲੀਡੇਜ਼ ਦੇ ਵਿੱਚ ਇੱਕ ਤੋਹਫਾ ਮਿਲ ਰਿਹਾ ਕਿ ਪੰਜਾਬੀ ਗੀਤ ਹੈਂਡ ਕੱਫ ਜਿਹੜਾ ਟੀਮ ਨੇ ਤਿਆਰ ਕੀਤਾ ਤੁਹਾਡੀ ਨਜ਼ਰ ਹੋ ਰਿਹਾ। ਆਪਾਂ ਗੱਲਬਾਤ ਇਹਨਾਂ ਨਾਲ ਕਰਾਂਗੇ ਉਸਦੇ ਬਾਰੇ, ਪਹਿਲਾਂ ਉਸਦਾ ਇੱਕ ਟੀਜ਼ਰ ਤੁਹਾਡੀ ਨਜ਼ਰ ਕਰਦੇ ਹਾਂ। ਹਾਂਜੀ ਦੋਸਤੋ, ਟੀਜ਼ਰ ਦੇਖ ਕੇ ਤੁਸੀਂ ਆਪਣਾ ਸਾਨੂੰ ਜਿਹੜੇ ਵਿਊਜ਼ ਨੇ ਤੁਸੀਂ ਜ਼ਰੂਰ ਭੇਜਿਓ। ਔਰ ਪਹਿਲਾਂ ਮੈਂ ਸਵਾਲ ਕਰਦਾ ਗੈਰੀ ਨੂੰ ਕਿ ਭਾਜੀ ਮੈਨੂੰ ਇਹ ਦੱਸੋ, ਆਪਾਂ ਅਗਰ ਆਪਸ ਦੀ ਤੌਰ ਤੇ ਵੀ ਗੱਲ ਕਰਦੇ ਹਾਂ ਵੀ ਬੜੇ ਹੋਰ ਬਿਜ਼ਨਸ ਹੁੰਦੇ ਨੇ ਦਿਮਾਗ ਦੇ ਵਿੱਚ ਕਿ ਆਪਾਂ ਮੈਂ ਆਹ ਵੀ ਕਰਨਾ, ਮੈਂ ਆਹ ਕਰਨਾ, ਪਰ ਇਹ ਐਂਟਰਟੇਨਮੈਂਟ ਵਾਲਾ ਰਿਕਾਰਡ ਲੇਬਲ ਸ਼ੁਰੂ ਕਰਨ ਵਾਲਾ, ਇਹ ਆਈਡੀਆ ਕਿੱਥੋਂ ਆਇਆ? ਸਭ ਤੋਂ ਪਹਿਲਾਂ ਜੀ ਸਾਰੇ ਰਾਬਤਾ ਰੇਡੀਓ ਦੇ ਸਰੋਤਿਆਂ ਨੂੰ ਤੇ ਤੁਹਾਡਾ ਦੇਵ ਸਿੱਧੂ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਮੌਕਾ ਦਿੱਤਾ ਕਿ ਅੱਜ ਅਸੀਂ ਇੱਥੇ ਬਹਿ ਕੇ ਗੱਲ ਕਰੀਏ ਤੁਹਾਡੇ ਜੋ ਪ੍ਰੋਜੈਕਟ ਆ ਰਿਹਾ ਉਹਦੇ ਬਾਰੇ। ਇੱਥੇ ਤੱਕ ਇਹਦੀ ਗੱਲ ਹੈ ਕਿ ਇਹ ਚੀਜ਼ ਨੂੰ ਅੱਗੇ ਲੈ ਕੇ ਆਉਣਾ, ਐਂਟਰਟੇਨਮੈਂਟ। ਐਂਟਰਟੇਨਮੈਂਟ ਕੀ ਹੈ ਕਿ ਪਹਿਲੇ ਦਿਨ ਤੋਂ ਕਿਤੇ ਨਾ ਕਿਤੇ ਜਦੋਂ ਮੈਂ ਇੱਥੇ ਆਇਆ ਜਾਂ ਮੈਨੂੰ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ, ਇੱਕ ਪੈਸ਼ਨ ਸੀਗਾ ਲਿਖਣਾ। ਗਾਣੇ ਸੁਣਦੇ ਸੀ, ਪੁਰਾਣੇ ਗਾਣੇ ਸੁਣਦੇ ਰਹੇ ਹਾਂ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਚੇਟਕ ਜਿਹੀ ਲੱਗੀ ਰਹਿੰਦੀ ਕਿ ਯਾਰ ਜੇ ਲਿਖੀਏ, ਕਿਤਾਬਾਂ ਪੜ੍ਹਦੇ ਤਾਂ ਲਿਖਣ ਦਾ ਸੀ। ਤਾਂ ਹੁਣ ਇਹ ਹੋਇਆ ਕਿ ਜੇ ਲਿਖਦੇ ਹਾਂ ਤਾਂ ਉਸ ਚੀਜ਼ ਨੂੰ ਪੈਸ਼ਨ ਨੂੰ ਪ੍ਰੋਫੈਸ਼ਨ ਬਣਾਉਣਾ ਚਾਹੀਦਾ ਤੇ ਐਂਟਰਟੇਨਮੈਂਟ, ਕਿਉਂਕਿ ਜੇ ਤੁਸੀਂ ਚੰਗੀ ਚੀਜ਼ ਲਿਖੋਗੇ ਤਾਂ ਤੁਸੀਂ ਚੰਗੀ ਸੇਧ ਦੇ ਸਕਦੇ ਹੋ ਕਿਸੇ ਨੂੰ, ਚੰਗੇ 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 ਪ੍ਰੋਜੈਕਟ ਲੈ ਕੇ ਅੱਗੇ ਆ ਸਕਦੇ ਹੋ, ਟੈਲੈਂਟ ਨੂੰ ਸਲਾਹ ਸਕਦੇ। ਤਾਂ ਇਹ ਇੱਕ ਕੋਸ਼ਿਸ਼ ਆ ਕਰ ਰਹੇ ਹਾਂ ਕਿ ਅੱਗੇ ਲੈ ਕੇ ਆਈਏ, ਦੇਖੀਏ ਕੀ ਬਣਦਾ ਆ, ਕੀ ਕਰ ਸਕਦੇ ਹਾਂ ਅਸੀਂ ਸਮਾਜ ਦੇ ਵਾਸਤੇ, ਕੀ ਕਰ ਸਕਦੇ ਹਾਂ ਆਉਣ ਵਾਲੇ ਲੋਕਾਂ ਵਾਸਤੇ, ਟੈਲੈਂਟ ਵਾਸਤੇ ਕੀ ਕਰ ਸਕਦੇ। ਠੀਕ ਹੈ ਜੀ, ਤੇ ਨਾਲ ਹੀ ਮੈਂ ਸਵਾਲ ਕਰੂੰਗਾ ਮਿਲਨ ਸਿੰਘ ਭਾਜੀ, ਬੜਾ ਸੋਹਣਾ ਕੰਮ ਕਰਦੇ ਹੋ ਤੁਸੀਂ, ਬੜੀ ਮਿਹਨਤ ਕਰਦੇ ਹੋ ਔਰ ਹਮੇਸ਼ਾ ਕਹਿੰਦੇ ਨੇ ਕਿ ਵਰਕ ਹੋਮਵਰਕ ਕਰਕੇ ਪ੍ਰੋਜੈਕਟ ਨੂੰ ਸ਼ੁਰੂ ਕਰਦੇ ਹੋ। ਇਸ ਪ੍ਰੋਜੈਕਟ ਦਾ ਜਿਹੜਾ ਕਾਫੀ ਸਮਾਂ ਹੋ ਗਿਆ ਸਾਨੂੰ ਸੁਣਦੇ ਨੂੰ, ਕਿੰਨਾ ਟਾਈਮ ਲੱਗ ਚੁੱਕਿਆ ਜੀ ਇਸ ਦੇ ਉੱਤੇ ਹੁਣ ਤੱਕ? ਭਾਈ ਪਹਿਲਾਂ ਤਾਂ ਰਾਬਤਾ ਰੇਡੀਓ ਦੇ ਸਾਰੇ ਚੈਨਲ ਦਰਸ਼ਕਾਂ ਨੂੰ ਮੇਰੀ ਪਿਆਰ ਬੜੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਜੀ। ਸਿਡਨੀ ਰਹਿੰਦੇ ਆਪਾਂ ਕਦੇ ਮਿਲੇ ਨਹੀਂ, ਅੱਜ ਮੁਲਾਕਾਤ ਇੱਥੇ ਹੋ ਰਹੀ ਹੈ, ਜਲਦੀ ਤੁਹਾਨੂੰ ਵੀ ਮਿਲਾਂਗੇ। ਬਹੁਤ ਸੁਣਿਆ ਤੁਹਾਡੇ ਬਾਰੇ ਭਾਜੀ, ਤੇ ਮੈਂ ਗੱਲ ਕਰਾਂਗਾ ਆਪਣੇ ਪ੍ਰੋਜੈਕਟ ਹੈਂਡਕਫ ਦੀ। ਭਾਜੀ ਹੈਂਡਕਫ ਆਪਾਂ ਸ਼ੁਰੂ ਕੀਤਾ ਸੀ 2 ਤੋਂ 3 ਮਹੀਨੇ ਪਹਿਲਾਂ, ਸਾਡੀ ਤਿਆਰੀ ਸ਼ੁਰੂ ਹੋਈ ਐਜ਼ ਯੂ ਆਲਰੇਡੀ ਮੈਂਸ਼ਨ ਕਿ ਹੋਮਵਰਕ ਕਰਕੇ ਪ੍ਰੋਜੈਕਟ ਮੈਂ ਕਰਦਾ। ਸੋ ਮੇਰੀ ਸੋਚ ਇੱਦਾਂ ਹੀ ਹੁੰਦੀ ਕਿ ਜੇ ਤੁਸੀਂ ਕੁਛ ਕਰਨਾ ਤਾਂ ਯੂ ਹੈਵ ਟੂ ਬੀ ਵੈਲ ਪ੍ਰਪੇਅਰਡ ਯੂ ਨੋ ਬਿਫੋਰ ਦ ਸਟਾਰਟ ਆਫ ਦ ਸ਼ੂਟ। ਸੋ ਹੈਂਡ ਕੱਪ ਪ੍ਰੋਜੈਕਟ ਬਹੁਤ ਹੀ ਸੋਹਣਾ ਪ੍ਰੋਜੈਕਟ ਹੈ, ਟੀਜ਼ਰ ਤੁਸੀਂ ਦਿਖਾਇਆ, ਥੈਂਕ ਯੂ ਸੋ ਮਚ ਉਹਦੇ ਲਈ ਭਾਜੀ। ਤੇ ਕੱਲ ਹੀ ਮੈਂ ਆਪਣੇ ਪ੍ਰੋਡਿਊਸਰ ਭਾਜੀ ਗੈਰੀ ਭਾ ਨੂੰ ਮੈਂ ਫਸਟ ਕੱਟ ਭੇਜਿਆ, ਤੇ ਗੈਰੀ ਭਾ ਇਸ ਲਾਈਕ ਓਵਰ ਦ ਮੂਨ ਰਾਈਟ ਨਾਓ, ਯੂ ਨੋ। ਤੇ ਇਹ ਗਾਣਾ ਬਹੁਤ ਸੋਹਣਾ ਹੈ, ਸਾਰੀ ਟੀਮ ਦਾ ਐਫਰਟ ਹੈ, ਤੇ ਇਹਨੂੰ ਤੁਹਾਡੇ ਚੈਨਲ ਦੇ ਥਰੂ ਮੈਂ ਸਾਰੇ ਦਰਸ਼ਕਾਂ ਨੂੰ ਕਹਾਂਗਾ ਪਲੀਜ਼ ਪਿਆਰ ਦਿਓ, ਸਪੋਰਟ ਕਰਿਓ, ਤੇ ਬਸ ਦਿਲ ਦੇ ਨੇੜੇ ਆਇਆ ਮੇਰੇ ਗਾਣਾ ਨਾ। ਇੰਨੀ ਸੋਹਣੀ ਵੀਡੀਓ ਵਧੀਆ, ਆਈ ਕੈਨ ਸੇ ਵਨ ਆਫ ਮਾਈ ਬੈਸਟ ਵੀਡੀਓ ਭਾਈ ਹਾਲੇ ਤੱਕ ਦੀ, ਇੰਨੀ ਵਧੀਆ ਵੀਡੀਓ। ਤੇ ਰਿਲੀਜ਼ ਕਦੋਂ ਹੋ ਰਿਹਾ ਗੈਰੀ ਜੀ? ਇਹਨੂੰ ਜੀ ਦੇਖੋ, ਗਾਣਾ ਹੁਣ ਅਸੀਂ ਦਸੰਬਰ ਦੇ ਵਿੱਚ ਤੁਹਾਨੂੰ ਜ਼ਰੂਰ ਤੋਹਫਾ ਦੇਵਾਂਗੇ, ਕਿਉਂਕਿ
ਥੋੜਾ ਜਿਹਾ ਕੋਈ ਤਕਨੀਕੀ ਪ੍ਰੋਬਲਮਸ ਕਰਕੇ ਡਿਲੇ ਹੋ ਗਿਆ, ਪਰ ਉਹ ਹੈ ਨਾ ਕਿ ਕੋਈ ਵੀ ਚੰਗੀ ਚੀਜ਼ ਬਣਦੀ ਹੈ ਤਾਂ ਉਹਨੂੰ ਟਾਈਮ ਲੱਗਦਾ, ਤਾਂ ਉਹਦੇ ਵਾਸਤੇ ਅਸੀਂ ਥੋੜਾ ਜਿਹਾ ਡਿਲੇ ਕੀਤਾ, ਪਰ ਦਸੰਬਰ ਦੇ ਵਿੱਚ ਤੁਹਾਨੂੰ ਤੋਹਫਾ ਦੇਵਾਂਗੇ ਤਾਂ ਜ਼ਰੂਰ। ਬਿਲਕੁਲ ਜੀ। ਅੱਛਾ ਮੈਨੂੰ ਇਹ ਦੱਸੋ ਵੀ ਇਹ ਹੁਣ ਤੁਸੀਂ ਗੀਤ ਬਣਾਇਆ ਹੈਂਡ ਕੱਫ, ਕਿਉਂਕਿ ਮੈਂ ਜਿਸ ਹਿਸਾਬ ਦੀ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ, ਜਿਸ ਹਿਸਾਬ ਦੀ ਗੱਲ ਕਰ ਰਹੇ ਹੋ, ਗੱਲਾਂ ਹੋ ਰਹੀਆਂ ਨੇ ਕਿ ਫਿਲਮ ਹੈ ਕਿਤੇ, ਕਿਉਂਕਿ ਇੱਕ ਤਾਂ ਤੁਸੀਂ ਪ੍ਰੋਜੈਕਟ ਐਸਾ ਬਣਾਇਆ, ਇੱਕ ਗਾਣੇ ਦੀ ਪ੍ਰਮੋਸ਼ਨ ਇਸ ਲੈਵਲ ਤੇ ਕਰ ਰਹੇ ਹੋ ਹਨਾ, ਮਤਲਬ ਉਹੀ ਗੱਲ ਕਰਦੇ ਨੇ ਵੀ ਇਹਦਾ ਨਾ ਇੱਕ ਬੜੀ ਖੂਬਸੂਰਤ ਕਹਾਵਤ ਹੈ ਕਿ ਕੀੜੀ ਨੂੰ ਠੂਠਾ ਦਰਿਆ। ਸੋ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਉਹ ਕੀੜੀ ਜਿੰਨੀ ਦੇਰ ਉਸ ਠੂਠੇ ਨੂੰ ਦਰਿਆ ਵਾਂਗੂ ਫੀਲ ਕਰਕੇ ਨਹੀਂ ਤੁਰੇਗੀ ਨਾ, ਉਹਦਾ ਕੰਫੀਡੈਂਸ ਨਹੀਂ ਅੱਗੇ ਵਧੇਗਾ। ਬਿਲਕੁਲ ਸੋ ਬਿਲਕੁਲ ਇਹ ਉਦਾਹਰਣਾਂ ਐਵੇਂ ਨਹੀਂ ਬਣੀਆਂ, ਔਰ ਇਸ ਕਰਕੇ ਵੀ ਤੁਹਾਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਇਸ ਪ੍ਰੋਜੈਕਟ ਦੀਆਂ। ਪਰ ਇਸ ਤੋਂ ਬਾਅਦ ਮਤਲਬ ਕਹਿ ਸਕਦੇ ਹਾਂ ਕਿ ਹੁਣ ਇਹ ਹੋ ਗਿਆ, ਇਹ ਐਕਚੁਅਲੀ ਤੁਹਾਡਾ ਮੋਟਿਵ ਕੀ ਹੈ ਕਿ ਤੁਸੀਂ ਗਾਉਣਾ ਹੈ ਅੱਗੇ, ਜਾਂ ਇਸ ਰਿਕਾਰਡ ਲੇਬਲ ਨੂੰ ਐਜ਼ ਅ ਮਤਲਬ ਟੈਲੈਂਟ ਨੂੰ ਜੋੜਨਾ ਹੈ, ਕੀ ਇਸ ਦਾ ਜਿਹੜਾ ਮੋਟਿਵ ਕੀ ਹੈ ਇਸ ਚੀਜ਼ ਦਾ? ਦੇਖੋ ਜੀ, ਕਹਿੰਦੇ ਕਿ ਜੋ ਗੀਤਕਾਰ ਹੁੰਦਾ ਜਾਂ ਕ੍ਰੀਏਟਰ ਹੁੰਦਾ, ਉਹਨੂੰ ਹਰ ਪ੍ਰੋਜੈਕਟ ਹਰੇਕ ਚੀਜ਼ ਆਪਦੀ ਪੁੱਤਾਂ ਵਾਂਗ ਹੁੰਦੀ ਹੈ। ਤੋ ਇਹ ਨਹੀਂ ਕਿ ਇਹ ਪਹਿਲਾ ਆ ਤੇ ਦੂਜੇ ਆਪਾਂ ਨਹੀਂ ਕੁਛ ਕਰਨਾ। ਮੈਨੂੰ ਇਹ ਸੀ ਕਿ ਪਹਿਲੀ ਚੀਜ਼ ਅਸੀਂ ਬਣਾਈਏ, ਇੱਕ ਤਾਂ ਥੈਂਕਸ ਮਿਲਨ ਵੀਰ ਦਾ ਕਿ ਜਿਹੜੀ ਐਡੀ ਤਕੜੀ ਟੀਮ ਦਾ ਬੈਕਅਪ ਜਾਂ ਐਡੀ ਤਕੜੀ ਟੀਮ ਲੈ ਕੇ ਚੱਲ ਰਹੇ ਆ, ਜਿਹੜੀ ਕਿ ਮੈਨੂੰ ਉਹ ਕਹਿੰਦੇ ਨਾ ਉਮੀਦ ਨਹੀਂ ਹੁੰਦੀ, ਮਾਣ ਹੁੰਦਾ ਕਿ ਯਾਰ ਮੈਂ ਕੰਮ ਕਰ ਰਿਹਾ ਤਾਂ ਇੱਕ ਬੈਸਟ ਟੀਮ ਦੇ ਨਾਲ ਕੰਮ ਕਰ ਰਿਹਾ। ਤੇ ਮੈਨੂੰ ਕਿਤੇ ਨਾ ਕਿਤੇ ਇਹ ਸੀ ਕਿ ਜੇ ਮੈਂ ਪਹਿਲੀ ਚੀਜ਼ ਲੈ ਕੇ ਆਊਂਗਾ, ਹੁਣ ਆਸੇ ਪਾਸੇ ਦੇਖਦੇ ਹਾਂ ਚੀਜ਼ ਬਣਦੀ ਆ, ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ ਕਰਕੇ ਪਿੱਛੇ ਰਹਿ ਜਾਂਦੀ, ਅੱਗੇ ਨਹੀਂ ਆਉਂਦੀ। ਤੇ ਮੈਨੂੰ ਜੇ ਕਰਨਾ ਤਾਂ ਨੈਕਸਟ ਲੈਵਲ ਕਰਾਂਗੇ, ਉਹਦੇ ਚ ਪੂਰੀ ਜਾਨ ਫੂਕੀ ਜਾਊਗੀ, ਉਸ ਚੀਜ਼ ਨੂੰ ਐਂ ਬਣਾਇਆ ਜਾਊਗਾ ਕਿ ਬੈਸਟ ਆਰਟ ਆਫ ਹੈ। ਤਾਂ ਉਹ ਅਸੀਂ ਕੋਸ਼ਿਸ਼ ਕੀਤੀ ਹੈ ਕਿ ਨਹੀਂ ਕਿਤੇ ਕਮੀ ਨਹੀਂ ਛੱਡਣੀ, ਤਾਂ ਉਹ ਬਣਾਇਆ। ਦੂਜੀ ਗੱਲ ਹੈ ਕਿ ਜਿਵੇਂ ਤੁਸੀਂ ਪੁੱਛਿਆ ਕਿ ਅੱਗੇ ਕੀ ਕਰਨਾ, ਨੋਰਮਲੀ ਇਹਦੇ ਚ ਮੈਂ ਹੁਣ ਇੱਕ ਐਲਬਮ ਪੂਰੀ ਤਿਆਰ ਕਰ ਰਿਹਾ ਕਿ ਪੂਰੀ ਐਲਬਮ ਅਸੀਂ ਲੈ ਕੇ ਆਵਾਂਗੇ, ਉਹ ਹਜੇ ਉਹਦੇ ਤੇ ਕੰਮ ਚੱਲ ਰਿਹਾ, ਵੀਰੇ ਨਾਲ ਵੀ ਡਿਸਕਸ ਹੋ ਰਹੀ ਹੈ ਕਈ ਦਿਨਾਂ ਦੀ ਕਿ ਅੱਗੇ ਅਸੀਂ ਕੀ ਕਰਨਾ, ਅਗਲਾ ਗਾਣਾ ਕੀ ਛੱਡਣਾ। ਤੇ ਆਫ ਕੋਰਸ ਰਿਆਜ਼ ਚੱਲ ਰਿਹਾ, ਕਹਿੰਦੇ ਨੇ ਮੱਠੀ ਮੱਠੀ ਆਵਾਜ਼ ਉੱਤੇ ਚੱਲੇ ਸਰਤਾਜ ਮੁੰਡਾ ਝੀਲ ਕੰਢੇ ਬੈਠਾ ਇਕੱਲਾ ਕਰਦਾ ਰਿਆਜ਼। ਤੋ ਕੋਸ਼ਿਸ਼ ਆ, ਜ਼ਰੂਰ ਜੇ ਅੱਗੇ ਮੌਕਾ ਮਿਲਿਆ ਤਾਂ ਗਾਵਾਂਗੇ ਅੱਗੇ। ਆਵਾਜ਼ ਜੇ ਆਪਦੇ ਲਿਖੀ, ਕਹਿੰਦੇ ਨਾ ਕਿ ਕ੍ਰੀਏਟਰ ਬੰਦਾ ਜਾਂ ਰਾਈਟਰ ਹੁੰਦਾ ਉਹ ਆਪਦੇ ਜਿਹੜੇ ਲਿਖੇ ਹੁੰਦੇ ਉਹਨੂੰ ਆਪਣੇ ਹਿਸਾਬ ਤੇ ਕੰਪੋਜ਼ ਕਰ ਸਕਦਾ, ਆਪਣੇ ਹਿਸਾਬ ਤੇ ਲੈ ਕੇ ਜਾ ਸਕਦਾ। ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੇ ਸਰੋਤੇ ਪ੍ਰਮਾਣ ਕਰਨਗੇ ਕਿ ਹਾਂ ਜੀ ਤੁਹਾਡੀ ਆਵਾਜ਼ ਚੰਗੀ ਹੈ, ਬਾਕੀ ਦੇਖਦੇ ਕੀ ਬਣਦਾ। ਬਿਲਕੁਲ ਜੀ। ਵੈਸੇ ਜਿਵੇਂ ਕਹਿੰਦੇ ਨਾ ਵੀ ਨੱਚਣ ਵਾਲੀ ਜਾਂਦੀ ਜਾਂਦੀ ਅੱਡੀ ਜ਼ਰੂਰ ਮਾਰ ਜਾਂਦੀ ਹੈ ਜਾਂ ਤੁਹਾਡੀ ਮਾਰ ਜਾਂਦੀ ਹੈ, ਉਵੇਂ ਗੈਰੀ ਭਾਈ ਨੇ ਗੱਲ ਗੱਲ ਦੇ ਵਿੱਚ ਆਪਦੀਆਂ ਦੋ ਗੱਲਾਂ ਸੁਣਾਈ ਦਿੱਤੀਆਂ, ਇਸ ਤੋਂ ਪਹਿਲਾਂ ਅਸੀਂ ਰਿਕੁਐਸਟ ਕਰੀਏ, ਹੈ ਨਾ। ਅੱਛਾ ਮਿਲਨ ਬਾਜੀ, ਜਿੱਦਾਂ ਇਹ ਆਪਾਂ ਗਾਣਾ ਬਣਾਇਆ ਤੇ ਬੜੇ ਕੋਵਿਡ ਰਿਸਟ੍ਰਿਕਸ਼ਨਸ ਵੀ ਸੀਗੀਆਂ, ਔਰ ਤੁਸੀਂ ਲੌਂਗ ਡਿਸਟੈਂਸ ਕਨੈਕਟਡ ਹੋ, ਇੱਕ ਬੰਦਾ ਸਿਡਨੀ ਬੈਠਾ ਤੇ ਇੱਕ ਬੰਦਾ ਐਡੀਲੇਡ ਬੈਠਾ, ਤੇ ਟੀਮ ਤੁਹਾਡੀ ਇੰਡੀਆ ਤੋਂ ਵੀ ਤੁਸੀਂ ਕੰਮ ਕਰ ਰਹੇ ਹੋ ਪੋਸਟ ਪ੍ਰੋਡਕਸ਼ਨ ਦਾ, ਮਤਲਬ ਕਲੈਕਟਿਵ ਕੰਮ ਹੋ ਰਿਹਾ ਹੈ, ਤੇ ਇਸ ਦੇ ਵਿੱਚ ਵੀ ਬੜੇ ਚੈਲੰਜਸ ਆਏ ਹੋਣਗੇ ਮੈਨੂੰ ਲੱਗਦਾ। ਡੈਫੀਨਿਟਲੀ ਭਾਈ, ਬਟ ਯੂ ਨੋ ਆਪਾਂ ਪੜਿਆ ਸੁਣਿਆ ਦੇਸ ਵਿਲ ਦੇਸ ਬਾਈ ਬਾਈ, ਜਿੱਥੇ ਚਾਹ ਉੱਥੇ ਰਾਹ ਨੂੰ। ਤੇ ਡੈਫੀਨਿਟਲੀ ਚੈਲੰਜ ਕਾਫੀ ਸੀਗੇ, ਜਿੱਦਾਂ ਗੈਰੀ ਭਾ ਉੱਥੇ ਬੈਠੇ ਐਡੀਲੇਡ, ਤੇ ਗੈਰੀ ਭਾ ਨੂੰ ਓਨੈਸਟਲੀ ਮੈਂ ਪੂਰੀ ਵੀਡੀਓ ਦੇ ਵਿੱਚ ਆਲਰੇਡੀ ਸਕ੍ਰਿਪਟ ਜੋ ਮੈਂ ਲਿਖੀ ਸੀ ਗੈਰੀ ਭਾ ਨੂੰ ਪੂਰਾ ਵਿੱਚ ਲਿਖਿਆ ਹੋਇਆ ਸੀ ਮੈਂ, ਬਟ ਅਨਫੋਰਚਨਲੀ ਉਹ ਸਿਡਨੀ ਨਹੀਂ ਆ ਸਕੇ ਬਿਕੋਜ਼ ਆਫ ਕੋਵਿਡ। ਤੇ ਉਹਦੇ ਬਾਅਦ ਚੈਲੰਜ ਬਹੁਤ ਜ਼ਿਆਦਾ ਆਏ, ਕਈ ਜਗ੍ਹਾ ਤੋਂ ਪਰਮਿਸ਼ਨਾਂ ਸ਼ੂਟਿੰਗ ਦੇ ਡਿਊਰਿੰਗ ਲੈਣੀਆਂ ਪਈਆਂ, ਕਿਉਂਕਿ ਐਜ਼ ਆ ਸੈਡ ਭਾਈ ਮੈਨੂੰ ਉਹ ਮਜ਼ਾ ਨਹੀਂ ਆਉਂਦਾ ਕਿ ਕੋਈ ਸ਼ੂਟ ਤੇ ਆ ਕੇ ਕੋਈ ਆ ਕੇ ਰੋਕੇ ਯਾਰ ਤੁਸੀਂ ਇਹ ਪਰਮਿਟ ਨਹੀਂ ਲਿਆ, ਤੁਸੀਂ ਆ ਨਹੀਂ ਲਿਆ, ਤੇ ਫਿਰ ਉਹ ਮਜ਼ਾ ਨਹੀਂ ਆਉਂਦਾ। ਸੋ ਕਾਉਂਸਲ ਤੋਂ ਪਰਮਿਸ਼ਨਾਂ ਲਈਆਂ, ਪੁਲਿਸ ਤੋਂ ਪਰਮਿਸ਼ਨਾਂ ਲਈਆਂ, ਪੁਲਿਸ ਦੀ ਗੱਡੀਆਂ ਹਾਇਰ ਕੀਤੀਆਂ, ਪੁਲਿਸ ਦੇ ਕੋਸਟਿਊਮਸ ਹਾਇਰ ਕੀਤੇ, ਸੋ ਇੱਕ ਚੈਲੰਜ ਸੀਗਾ ਤੇ ਚੈਲੰਜ ਨੂੰ ਐਕਸੈਪਟ ਕੀਤਾ ਸੀ। ਮੈਂ ਕਿਹਾ ਹੁਣ ਜੇ ਚੈਲੰਜ ਲੈ ਲਿਆ ਤੇ ਇਹਨੂੰ ਪਾਰ ਨਿਕਲਣਾ ਹੈ, ਕਰਕੇ ਹੀ ਪੂਰਾ ਨਿਕਲਣਾ। ਸੋ ਬੜੀ ਵਧੀਆ ਜਰਨੀ ਰਹੀ, ਬਹੁਤ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਹਰ ਪ੍ਰੋਜੈਕਟ ਤੇ ਮਿਲਦਾ। ਸੋ ਓਵਰਆਲ ਮਿਹਨਤ ਦਾ ਫਲ ਮਿਲਿਆ। ਜਿੱਦਣ ਕੱਲ ਰਾਤ ਮੇਰੇ ਪ੍ਰੋਡਿਊਸਰ ਭਾਈ ਨੇ ਮੈਨੂੰ ਕਿਹਾ ਕਿ ਯਾਰ ਮਿਲਨ ਮੰਨਣਾ ਪਏਗਾ ਯਾਰ ਤੈਨੂੰ, ਹੈਟਸ ਆਫ ਯਾਰ, ਉਹ ਮੈਂ ਕਿਹਾ ਯਾਰ ਇੰਨੀ ਗੱਲ ਤੁਸੀਂ ਕਹਿਤੀ, ਮੈਂ ਭਾਈ ਮੇਰਾ ਮੁੱਲ ਪੈ ਗਿਆ ਸਾਰੇ। ਸੋ ਵਧੀਆ ਬਿਲਕੁਲ ਲੱਗਿਆ ਭਾਈ ਸਾਹਿਬ। ਔਰ ਮੈਂ ਇੱਕ ਚੀਜ਼ ਐਡ ਕਰਨਾ ਭਾਈ, ਅਗੇਨ ਮੈਂ ਬਾਰ ਬਾਰ ਮੈਂ ਕਹਿਣਾ ਵੀ ਆ ਸੋਸ਼ਲ ਮੀਡੀਆ ਤੇ, ਭਾਈ ਟੀਮ ਦੇ ਬਿਨਾਂ ਮੈਂ ਕੁਛ ਨਹੀਂ ਆ। ਮਤਲਬ ਮੇਰਾ ਡੀਓਪੀ ਰਾਜ ਸ਼ਰਮਾ ਜਾਂ ਦਿਲਪ੍ਰੀਤ ਆਪਣਾ ਐਡਿਟ ਕਰ ਰਿਹਾ, ਮੇਰੀ ਰਮਨ ਹੈ, ਨੀਲ, ਦਾਂਟੇ, ਰਿੱਕੀ, 8-9 ਬੰਦੇ ਆਪਾਂ। ਸੋ ਇਹਨਾਂ 8-9 ਬੰਦਿਆਂ ਨੂੰ ਪੂਰਾ ਕ੍ਰੈਡਿਟ ਹੈ ਭਾਈ, 10 out of 10 ਮੇਰੀ ਟੀਮ ਨੂੰ, ਤੇ ਉਹਨੇ ਬਿਨਾਂ ਅਗਰ ਉਹ ਸੁਣ ਰਹੇ ਨੇ ਇਸ ਟਾਈਮ ਮੈਨੂੰ ਸਾਰੇ, ਤੇ ਉਹਨਾਂ ਨੂੰ ਰੱਬ ਚੜ੍ਹਦੀ ਕਲਾ ਰੱਖੇ, ਉਹ ਹੈਗਾ ਤੇ ਮੈਂ ਆ, ਜੇ ਉਹ ਨਹੀਂ ਹੈ ਤੇ ਸ਼ਾਇਦ ਮੈਂ ਵੀ ਨਹੀਂ ਹੈਗਾ। ਬਿਲਕੁਲ ਭਾਜੀ। ਅਸੀਂ ਅਗਰ ਗੱਲ ਕਰੀਏ ਆਵਾਜ਼ ਦੀ ਭਾਜੀ, ਇਸ ਗੀਤ ਰਿਲੀਜ਼ ਹੋ ਰਿਹਾ ਤੇ ਇੱਕ ਜਿਹੜਾ ਤੁਹਾਡਾ ਸਿੰਗਰ ਹੈ ਗੁਰੀ ਸੇਖੋਂ, ਉਸ ਦਾ ਜਿਹੜਾ ਰੋਲ ਅਪ ਕਿੱਦਾਂ ਹੋਇਆ ਇਸ ਗੀਤ ਦੇ ਵਿੱਚ, ਤੁਸੀਂ ਭਾਜੀ ਕੌਣ ਸਾ? ਗੁਰੀ ਦੀ ਮੈਂ ਇੱਕ ਵੀਡੀਓ ਕੀਤੀ ਸੀ ਥੋੜੇ 6-7 ਮਹੀਨੇ ਪਹਿਲਾਂ ਹੋਈ, ਬਟ ਅਨਫੋਰਚਨਲੀ ਉਹ ਵੀਡੀਓ ਪਰ ਰਿਲੀਜ਼ ਨਹੀਂ ਕਰ ਸਕੇ ਬਿਕੋਜ਼ ਆਫ ਸਮ ਸਰਟਨ ਰੀਜ਼ਨ।
ਤੇ ਉਹਦੇ ਨਾਲ ਮਤਲਬ ਇਦਾਂ ਕਿ ਉਹਦੇ ਨਾਲ ਥੋੜੀ ਮਾੜੀ ਹੋ ਗਈ, ਥੋੜਾ ਗਲਤ ਹੋਇਆ ਉਸ ਨਾਲ, ਨਜ਼ਾਤੀ ਕਰ ਗਿਆ ਕੋਈ ਆਪਣਾ ਹੀ ਬੰਦਾ ਸਾਡਾ ਨਾ, ਬਿਕੋਜ਼ ਹੀ ਇਜ਼ ਅ ਸਟੂਡੈਂਟ ਐਂਡ ਪਲੱਸ ਹੀ ਇਜ਼ ਵੈਰੀ ਪੈਸ਼ਨੇਟ ਗਾਈ, ਹੀ ਵਾਂਟਸ ਟੂ ਸਿੰਗ, ਹੀ ਵਾਂਟਸ ਟੂ ਬੀ ਫੇਮਸ, ਯੂ ਨੋ, ਹੀ ਵਾਂਟਸ ਟੂ ਡੂ ਐਵਰੀਥਿੰਗ ਇਨ ਹਿਸ ਲਾਈਫ, ਤੇ ਉਹਦਾ ਇਦਾਂ ਹੁੰਦਾ ਕਿ ਉਹ ਮੇਰੇ ਵਾਂਗੂ ਪੈਸ਼ਨੇਟ ਹੈ, 24/7 ਫੋਨ ਕਰੇਗਾ ਫਿਲਮਾਂ ਦੀਆਂ ਗੱਲਾਂ, ਗਾਣੇ ਦੀ ਗੱਲਾਂ, ਫਿਲਮਾਂ ਗਾਣੇ ਦੀ ਗੱਲਾਂ, ਤੇ ਮੈਨੂੰ ਲੱਗਦਾ ਸੀ ਮੈਂ ਕਿਹਾ ਯਾਰ ਆਪਣੇ ਵਰਗਾ ਬੰਦਾ ਹੈ ਤੇ ਚਲੋ ਮੌਕਾ ਦੇਣ ਵਾਲੇ ਰੱਬ ਹੁੰਦਾ, ਮੈਂ ਗੁਰੀ ਯਾਰ ਜੋ ਤੇਰੇ ਨਾਲ ਪਹਿਲੀ ਵੀਡੀਓ ਤੇ ਹੋਇਆ ਐਜ਼ ਅ ਡਾਇਰੈਕਟਰ, ਮੈਨੂੰ ਤੇਰੇ ਲਈ ਦੁੱਖ ਲੱਗਦਾ, ਬਟ ਮੈਂ ਕਿਹਾ ਮੈਂ ਤੈਨੂੰ ਅੱਗੇ ਜ਼ਰੂਰ ਲੈ ਕੇ ਆਵਾਂਗਾ, ਮੈਂ ਕੀ ਲੈ ਕੇ ਆਣਾ, ਪਰਮਾਤਮਾ ਲੈ ਕੇ ਆਂਦਾ, ਮੈਂ ਕਿਹਾ ਮੇਰੇ ਕੋਲ ਕੁਝ ਚੰਗਾ ਪ੍ਰੋਜੈਕਟ ਆਇਆ ਮੈਂ ਤੈਨੂੰ ਇੱਕ ਓਪਰਚੁਨਿਟੀ ਦਿਆਂਗਾ। ਸੋ ਗੁਰੀ ਨਾਲ ਮੇਰਾ ਇਦਾਂ ਰਾਬਤਾ ਹੋਇਆ, ਚੱਲ ਰਿਹਾ ਪਿਛਲੇ 8-9 ਮਹੀਨਿਆਂ ਤੋਂ, ਪਿਆਰ ਬਣਿਆ ਹੈ, ਐਂਡ ਗੁਰੀ ਸੱਚ ਅ ਵੰਡਰਫੁਲ ਸਿੰਗਰ, ਸੱਚ ਅ ਪੈਸ਼ਨੇਟ ਗਾਏ, ਉਹਨੇ ਆਪਣੀ ਆਵਾਜ਼ 'ਚ ਇਸ ਗਾਣੇ ਨੇ 4 ਚੰਨ ਲਾਤੇ ਭਾਈ, ਬਹੁਤ ਸੋਹਣਾ ਕੰਮ ਕੀਤਾ ਉਹਨੇ। ਤੁਸੀਂ ਭਾਜੀ ਗੈਰੀ ਭਾਜੀ ਕੀ ਕਹੋਗੇ? ਤੁਸੀਂ ਇੱਕ ਨਵੇਂ ਸਿੰਗਰ ਤੇ ਜਾਂ ਇੱਕ ਕਹਿ ਸਕਦੇ ਆ ਬੜਾ ਅੱਛਾ ਕੰਮ ਕੀਤਾ ਤੁਸੀਂ, ਆਪਾਂ ਕਹਿੰਦੇ ਆ ਨਵੇਂ, ਅਸੀਂ ਵੀ ਸਟੂਡੈਂਟ ਸੀਗੇ ਕਿਸੇ ਟਾਈਮ ਜਦੋਂ ਆਏ ਆ, ਸਾਨੂੰ ਕਿਸੇ ਨੇ ਵਾਹ ਫੜੀ ਹੋਣੀ ਹੈ, ਤੇ ਸਾਨੂੰ ਲੱਗਦਾ ਵੀ ਅਸੀਂ ਹੁਣ ਉਧਾਰ ਉਹ ਬੰਦੇ ਦਾ ਨਹੀਂ ਤਾਰਨਾ, ਅਸੀਂ ਅੱਗੇ ਨਵੇਂ ਸਟੂਡੈਂਟ ਦੀ ਬਾਹ ਫੜ ਕੇ ਤਾਰਨਾ। ਸ਼ਾਇਦ ਆਈ ਥਿੰਕ ਇਹੀ ਅਗਰ ਰੀਤ ਚੱਲਦੀ ਰਹੇ ਤਾਂ ਬਹੁਤ ਕਮਿਊਨਿਟੀ ਦੀ ਹੈਲਪ ਹੁੰਦੀ ਵੀ ਰਹੇਗੀ ਔਰ ਹੁੰਦੀ ਵੀ ਰਹੀ ਹੈ। ਸੋ ਇਸ ਅਗਰ ਇਸ ਰੀਤ ਨੂੰ ਅਸੀਂ ਫੋਲੋ ਕਰਦੇ ਹਾਂ, ਤੁਸੀਂ ਕੀ ਐਸਪੈਕਟਸ ਮੰਨਦੇ ਹੋ ਇਸ ਦੇ ਵਿੱਚ ਆਪਣਾ? ਦੇਖੋ ਜੀ, ਟੈਲੈਂਟ ਦੀ ਗੱਲ ਆ, ਜਿਵੇਂ ਮੈਂ ਖੁਦ ਦੀ ਗੱਲ ਕਰਦਾ ਕਿ ਮੈਂ ਅੱਗੇ ਵੀ ਪਿੱਛੇ ਇੱਕ ਇੰਟਰਵਿਊ ਕੀਤਾ, ਉਹਦੇ ਚ ਮੈਂ ਕਿਹਾ ਕਿ ਮੈਂ 2004 ਤੋਂ ਲਿਖ ਰਿਹਾ, ਤਾਂ ਕਾਫੀ ਲੰਮਾ ਵਕਫਾ ਉਹਦੇ ਚ ਪੈ ਗਿਆ ਕਿ ਮੈਨੂੰ ਅੱਗੇ ਆਉਣ ਵਾਸਤੇ 17 ਸਾਲ ਲੱਗ ਗਏ। ਤਾਂ ਮੇਰੀ ਕੋਸ਼ਿਸ਼ ਇਹ ਸੀ ਕਿ ਨਹੀਂ, ਜੇ ਤੁਸੀਂ ਕੰਮ ਕਰਨਾ ਤਾਂ ਤੁਸੀਂ ਨਵਾਂ ਟੈਲੈਂਟ ਅੱਗੇ ਲੈ ਕੇ ਆਉਣਾ। ਤੇ ਜਦੋਂ ਮੈਂ ਵੀਰੇ ਨਾਲ ਗੱਲ ਕਰ ਰਿਹਾ ਸੀ ਤਾਂ ਮਿਲਨ ਵੀਰੇ ਨਾਲ, ਤਾਂ ਮੈਂ ਇਹਨਾਂ ਨੇ ਕਿਹਾ ਵੀ ਯਾਰ ਮੈਂ ਨੀ ਚਾਹੁੰਦਾ ਕਿ ਮੈਂ ਗਾਣਾ ਪ੍ਰੋਜੈਕਟ ਬਣਾਵਾਂ ਕੋਈ ਵੀ, ਤਾਂ ਉਹ ਕਦੇ ਵੀ ਵੈਲ ਨੋਨ ਸਿੰਗਰ ਗਾਵੇ। ਬਥੇਰਾ ਟੈਲੈਂਟ ਹੈ, ਕੁੱਟ ਕੁੱਟ ਕੇ ਭਰਿਆ ਆਸਟ੍ਰੇਲੀਆ ਦੇ ਵਿੱਚ, ਪਰ ਉਹ ਚੀਜ਼ ਹੈ ਨਾ ਕਿ ਉਹਨੂੰ ਅੱਗੇ ਜਾਣ ਵਾਸਤੇ ਤੁਹਾਨੂੰ ਐਫਰਟ ਕਰਨਾ ਪੈਂਦਾ। ਤਾਂ ਮੈਂ ਇਹਨਾਂ ਨੂੰ ਇੱਕ ਵਾਰੀ ਕਿਹਾ, ਮੈਂ ਯਾਰ ਵੀਰੇ ਵੀ ਜੇ ਤੁਸੀਂ ਦੱਸੋ ਆਪਾਂ ਕੀ ਕਰ ਸਕਦੇ, ਕਿਉਂਕਿ ਮੈਨੂੰ ਇਹ ਮੇਰੀ ਜੇ ਟੀਮ ਮੇਰੇ ਨਾਲ ਸੁਜੈਸਟ ਕਰੂਗੀ ਕੋਈ ਗੱਲ ਤਾਂ ਅਸੀਂ ਉਸ ਨੂੰ ਅੱਗੇ ਲੈ ਕੇ ਜਾਵਾਂਗੇ। ਤੇ ਇਹਨਾਂ ਨੇ ਕਿਹਾ ਵੀ ਯਾਰ ਦੇਖ ਮੁੰਡਾ ਹੈ, ਉਹਦੀ ਆਵਾਜ਼ ਬਹੁਤ ਚੰਗੀ ਹੈ, ਫਰੈਂਡ ਹੈ ਮੇਰਾ, ਤੇ ਉਹਨਾਂ ਆਪਾਂ ਮੌਕਾ ਦਿੰਦੇ। ਬਸ ਕਹਿੰਦੇ ਨਾ ਕਿ ਜੇ ਵਿਸ਼ਵਾਸ ਹੈ ਤਾਂ ਆਸ ਹੈ, ਇਹਨਾਂ ਨੇ ਕਿਹਾ। ਮੈਂ ਕਿਹਾ ਠੀਕ ਹੈ ਜੀ, ਤੁਸੀਂ ਕਹਿਤਾ ਗੱਲ ਹੋ ਗਈ, ਤੁਸੀਂ ਵੀਰੇ ਤੋਂ ਗਵਾਓ ਤਾਂ ਆਪਾਂ ਅੱਗੇ ਪ੍ਰੋਸੀਡ ਕਰਦੇ। ਤੋ ਗਾਇਆ ਉਹ ਬੰਦੇ ਦਾ, ਆਫਕੋਰਸ ਮੈਂ ਤਾਰੀਫ ਕਰਨੀ ਬਣਦੀ, ਮੈਂ ਅੱਜ ਉਹਨੂੰ ਰਿਕੁਐਸਟ ਵੀ ਕੀਤੀ ਸੀ, ਕਿਸੇ ਨੇ ਕਿਸੇ ਗੱਲ ਕਰਕੇ ਉਹ ਆਪਾਂ ਨਹੀਂ ਆ ਸਕੇ ਉਹਦੇ ਵਿੱਚ ਇੰਟਰਵਿਊ ਦੇ ਵਿੱਚ, ਪਰ ਬਹੁਤ ਵਧੀਆ ਮੁੰਡੇ ਨੇ, ਪੂਰੇ ਪੈਸ਼ਨ ਨਾਲ ਗਾਇਆ, ਟੈਲੈਂਟਡ ਹੈ, ਤੇ ਰੱਬ ਕਰੇ ਹੋਰ ਬੰਦਾ ਤਰੱਕੀਆਂ ਕਰੇ, ਅੱਗੇ ਲੈ ਕੇ ਜਾਈਏ ਉਹਨੂੰ ਜਿੰਨਾ ਹੋ ਸਕਦਾ, ਜਿੰਨਾ ਵੀ ਅੱਗੇ ਹੋ ਸਕਦਾ ਉਹਨੂੰ। ਪਰ ਉਹ ਜ਼ਰੂਰੀ ਨਹੀਂ ਕਿ ਉਹ ਨਵਾਂ ਆ ਤਾਂ ਉਹਨੂੰ ਮੌਕੇ ਦਾ ਹੱਕ ਨਹੀਂ ਬਣਦਾ, ਤਾਂ ਇਹ ਸੀ ਕਿ ਨਵਾਂ ਟੈਲੈਂਟ ਜ਼ਰੂਰ ਅੱਗੇ ਆਊ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ ਅਮਿਲਨ ਸਿੰਘ ਤੇ ਤੁਹਾਡਾ। ਔਰ ਇੱਕ ਮੈਨੂੰ ਨਾ ਕਮੈਂਟ ਆ ਰਹੇ ਨੇ, ਕਹਿੰਦੇ ਜੀ ਟ੍ਰੇਲਰ ਇੱਕ ਵਾਰੀ ਫੇਰ ਪਲੇ ਕਰ ਦਿਓ। ਸੋ ਮੈਂ ਟ੍ਰੇਲਰ ਇੱਕ ਵਾਰੀ ਫੇਰ ਪਲੇ ਕਰ ਰਿਹਾ, ਪਰ ਅਸੀਂ ਇਜਾਜ਼ਤ ਲੈਂਦੇ ਹਾਂ ਸਾਰਿਆਂ ਤੋਂ, ਤੁਸੀਂ ਅਸੀਂ ਜਾਣ ਲੱਗੇ ਤੁਹਾਡੇ ਰੂਬਰੂ ਕਰਦੇ ਹਾਂ। ਹੈਂਡਕਪ ਦਾ ਟ੍ਰੇਲਰ ਗਾਣਾ ਆਏਗਾ, ਤੁਸੀਂ ਸਪੋਰਟ ਕਰਿਓ, ਔਰ ਜਿਹੜੇ ਵੀ ਤੁਹਾਡੇ ਫੀਡਬੈਕਸ ਹੁੰਦੇ ਨੇ ਇੰਟਰਵਿਊਜ਼ ਨੂੰ ਲੈ ਕੇ ਜਾਂ ਪ੍ਰੋਡਕਟ ਨੂੰ ਲੈ ਕੇ ਜਾਂ ਆਰਟਿਸਟ ਨੂੰ ਲੈ ਕੇ, ਤੁਸੀਂ ਸਾਡੇ ਤੱਕ ਜ਼ਰੂਰ ਛੱਡ ਸਕਦੇ ਹੋ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਆਰਟਿਸਟ ਤੱਕ ਜ਼ਰੂਰ ਪਹੁੰਚਾਵਾਂਗੇ। ਵਿਦਾ ਲੈਂਦੇ ਹਾਂ ਹੈਂਡਕਫ ਦੇ ਟ੍ਰੇਲਰ ਦੇ ਨਾਲ।